Hey guys, welcome back to my YouTube channel, Mr. and Mrs. Vanda. ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੇ ਨਹੀਂ ਵੀ ਵਧੀਆ ਤਾਂ ਅੱਜ ਦੀ ਵੀਡੀਓ ਦੇਖ ਕੇ ਤੁਸੀਂ ਡੈਫੀਨਿਟਲੀ ਵਧੀਆ ਹੋਣ ਵਾਲੇ ਹੋ ਐਕਚੁਅਲੀ ਗਾਇਸ ਕੁਝ ਦਿਨ ਪਹਿਲਾਂ ਨਾ ਤੁਸੀਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਵੈਸਟ ਸਾਈਡ ਦਾ ਟੂਰ ਸ਼ੇਅਰ ਕੀਤਾ ਸੀ ਤੇ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਥੋੜੀ ਬਹੁਤ ਸ਼ਾਪਿੰਗ ਕਰਨ ਆਈ ਆ ਤੇ ਉਹ ਜਿਹੜੀ ਸ਼ਾਪਿੰਗ ਹੈ ਉਹ ਉਸ ਦਿਨ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਸੀ ਤੇ ਉਹ ਸ਼ਾਪਿੰਗ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਚਲੋ ਫਿਰ ਦੇਖੋ ਸ਼ਾਪਿੰਗ ਤੇ ਮਿਲਦੇ ਆਪਾਂ ਥੋੜੇ ਟਾਈਮ ਬਾਅਦ ਮੇਰਾ ਫੇਸ ਲੇਜ਼ੀ ਲੱਗ ਰਿਹਾ ਤਾਂ ਇਗਨੋਰ ਕਰਿਓ ਅੱਜ ਮੈਂ ਡੇ ਟਾਈਮ ਨਾ 3-4 ਘੰਟੇ ਲਈ ਸੁੱਤੀ ਹਾਂ ਇਸ ਲਈ ਮੈਂ ਥੋੜੀ ਜਿਹੀ ਲੇਜ਼ੀ ਦਿਖ ਰਹੀ ਹਾਂ ਤੇ ਮੈਂ ਅੱਜ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਇਸ ਲਈ ਮੈਨੂੰ ਲੱਗਿਆ ਕਿ ਉਹਨਾਂ ਸ਼ਾਪਿੰਗ ਤੁਹਾਨੂੰ ਦਿਖਾ ਦਈਏ ਕੱਲ ਵਾਸਤੇ ਵੀਡੀਓ ਵੀ ਬਣ ਜੂਗੀ ਤੇ ਤੁਸੀਂ ਸ਼ਾਪਿੰਗ ਵੀ ਦੇਖ ਲਓਗੇ ਕਿਉਂਕਿ ਉਸ ਦਿਨ ਮੈਂ ਸ਼ਾਪਿੰਗ ਨਹੀਂ ਦਿਖਾਈ ਸੀ ਸੋ ਗਾਇਸ ਇਹ ਆ ਮੇਰੀ ਸ਼ਾਪਿੰਗ ਜਿਹੜੀ ਮੈਂ ਵੈਸਟ ਸਾਈਡ ਤੋਂ ਕੀਤੀ ਸੀ ਚਲੋ ਤੁਹਾਨੂੰ ਦਿਖਾਉਂਦੇ ਆ ਕੀ ਲਿਆ ਸੀ ਉਸ ਦਿਨ ਮੈਂ ਵੈਸਟ ਸਾਈਡ ਤੋਂ ਗਾਇਸ ਸਭ ਤੋਂ ਪਹਿਲਾਂ ਮੈਂ ਇਹ ਫੁੱਟਵੇਅਰਸ ਲਏ ਸੀ ਜਿਹੜੇ ਕਿ ਮੈਨੂੰ ਬਹੁਤ ਪਿਆਰੇ ਲੱਗੇ ਸੀ ਗਾਇਸ ਤੁਸੀਂ ਦੇਖ ਸਕਦੇ ਹੋ ਕਾਫੀ ਡਿਫਰੈਂਟ ਜਿਹੇ ਨੇ ਜਿੱਦਾਂ ਜੂਟ ਹੁੰਦਾ ਹੈ ਨਾ ਉਦਾਂ ਲੱਗ ਰਿਹਾ ਹੈ ਮੈਨੂੰ ਆਹ ਸਟੱਫ ਮੈਨੂੰ ਜੂਟ ਲੱਗ ਰਿਹਾ ਬਾਕੀ ਮੈਨੂੰ ਪਤਾ ਨਹੀਂ ਤੇ ਇੱਥੋਂ ਵੀ ਇਹ ਬਹੁਤ ਜ਼ਿਆਦਾ ਸੌਫਟ ਹੈ ਇਸ ਤੋਂ ਬਾਅਦ ਨੈਕਸਟ ਮੈਂ ਇਹ ਫਲਿੱਪ ਫਲੌਪਸ ਲਏ ਸੀ ਲਵੈਂਡਰ ਸ਼ੇਡ ਦੇ ਵਿੱਚ ਜਿਹੜਾ ਕਿ ਅੱਜ ਕੱਲ੍ਹ ਮੇਰਾ ਫੇਵਰੇਟ ਸ਼ੇਡ ਹੋ ਚੁੱਕਿਆ ਇਹ ਮੈਂ ਵੈਸੇ ਲਏ ਸੀ ਜਿੱਦਾਂ ਰੈਗੂਲਰ ਘਰ ਵਗੈਰਾ ਪਾਉਣ ਲਈ ਉਸ ਤੋਂ ਬਾਅਦ ਇਹ ਮੈਂ ਡਰੈਸ ਲਈ ਸੀ ਇੱਕ ਜਿਹੜੀ ਕਿ ਸੈਜ ਲਈ ਇਹ ਆਪਾਂ ਕੈਨੇਡਾ ਭੇਜਣੀ ਆ ਇਹਦੇ ਨਾਲ ਇਹ ਵਾਈਟ ਪਲੇਨ ਟੀ ਸ਼ਰਟ ਹੈ ਉੱਪਰੋਂ ਇਹ ਡੰਗਰੀ ਸਟਾਈਲ ਸਕਰਟ ਹੈ ਠੀਕ ਹੈ ਇਹ ਲੈ ਕੇ ਆਈ ਸੀ ਮੈਂ ਉਸ ਤੋਂ ਬਾਅਦ ਗਾਇਸ ਮੈਂ ਜ਼ਰਾਵਰ ਲਈ ਇਹ ਸ਼ਾਰਟਸ ਲਏ ਸੀ ਵਾਈਟ ਕਲਰ ਦੇ ਵਿੱਚ ਠੀਕ ਹੈ ਐਕਚੁਅਲੀ ਰੂਮ ਦੇ ਵਿੱਚ ਨਾ ਲਾਈਟ ਸਹੀ ਨਹੀਂ ਹੈ ਇਸ ਲਈ ਵੀਡੀਓ ਦੇ ਕਲਰ ਥੋੜ੍ਹੇ ਡਿਫਰੈਂਟ ਜਿਹੇ ਦਿਖ ਰਹੇ ਹੋਣਗੇ ਤੁਹਾਨੂੰ ਇਹ ਪ੍ਰੋਪਰ ਵਾਈਟ ਕਲਰ ਦੇ ਵਿੱਚ ਸ਼ਾਰਟਸ ਨੇ ਠੀਕ ਹੈ ਇਹ ਜ਼ਰਾਵਰ ਲਈ ਉਸ ਤੋਂ ਬਾਅਦ ਜ਼ਰਾਵਰ ਲਈ ਹੈ ਇਹ ਇੱਕ ਪੈਂਟ ਐਕਚੁਅਲੀ ਗਾਇਸ ਇਹ ਤੁਸੀਂ ਸਾਈਜ਼ ਦੇਖ ਸਕਦੇ ਹੋ 6-7 ਕਿਉਂਕਿ ਨਾ ਮੈਂ ਤੁਹਾਨੂੰ ਇੱਥੇ ਪਹਿਲਾਂ ਕਲੀਅਰ ਕਰਦਾ ਇੱਕ ਗੱਲ ਕਿ ਨਵਨੀਤ ਜਦੋਂ ਕੈਨੇਡਾ ਤੋਂ ਆਈ ਸੀ ਨਾ ਉਹਦੀ ਜਿਸ ਦਿਨ ਫਲਾਈਟ ਸੀ ਉਸੇ ਦਿਨ ਜ਼ਰਾਵਰ ਦਾ ਬਰਥਡੇ ਸੀ ਇਸ ਲਈ ਉਹ ਬਰਥਡੇ 'ਤੇ ਨਹੀਂ ਆ ਸਕੀ ਸੀ ਉਹ ਬਰਥਡੇ ਤੋਂ ਇੱਕ ਦਿਨ ਪਹਿਲਾਂ ਹੀ ਜ਼ਰਾਵਰ ਨੂੰ ਗਿਫਟ ਦੇ ਗਈ ਸੀ ਮੈਂ ਉਹਲੀਆਂ ਵੀਡੀਓਜ਼ ਦੇ ਵਿੱਚ ਦਿਖਾਇਆ ਵੀ ਸੀ ਇੱਕ ਸ਼ਰਟ ਸੀ ਸ਼ਰਟ ਦੇ ਨਾਲ ਟਾਈ ਸੀ ਅਤੇ ਇਹ ਪੈਂਟ ਸੀ ਨਾਲ ਠੀਕ ਹੈ ਇਹ ਜਿਹੜੀ ਪੈਂਟ ਸੀ ਇਹ 3-4 ਈਅਰਸ ਸੀ ਉਸ ਟਾਈਮ ਕੀ ਸੀ ਵਿੰਟਰ ਸੀਗੇ ਹੈ ਨਾ ਅਤੇ ਮੈਂ ਜ਼ਰਾਵਰ ਦੇ ਨਹੀਂ ਪਾ ਸਕੀ ਉਹ ਪੈਂਟ ਤੁਸੀਂ ਦੇਖੋ ਤਾਂ ਬਹੁਤ ਸੌਫਟ ਸਟੱਫ ਹੈ ਬਿਲਕੁਲ ਮਤਲਬ ਸਮਰੀ ਸਟੱਫ ਹੈ ਅਤੇ ਜਦੋਂ ਹੁਣ ਮੈਂ ਉਹ ਪੈਂਟ ਕੱਢੀ ਜ਼ਰਾਵਰ ਦੇ ਪਾਈ ਤਾਂ ਉਹ ਟਾਈਟ ਹੋ ਗਈ ਸੀ ਮਤਲਬ ਉਹਦਾ ਬਟਨ ਬੰਦ ਨਹੀਂ ਹੋ ਰਿਹਾ ਸੀ ਇੱਥੋਂ ਅਤੇ ਜਦੋਂ ਅਸੀਂ ਵੈਸਟ ਸਾਈਡ ਗਏ ਤਾਂ ਉੱਥੇ ਮੈਨੂੰ ਇਹ ਪੈਂਟ ਦਿਖ ਗਈ ਮੈਨੂੰ ਯਾਦ ਆਇਆ ਮੈਂ ਕਿਹਾ ਜ਼ਰਾਵਰ ਕੋਲ ਤਾਂ ਸੇਮ ਹੈ ਅਤੇ ਜ਼ਰਾਵਰ ਦੇ ਆ ਨਹੀਂ ਰਹੀ ਹੈ ਨਾ ਅਤੇ ਮੈਂ ਉਹਨਾਂ ਨਾਲ ਡਿਸਕਸ ਕੀਤਾ ਮੈਂ ਕਿਹਾ ਵੀ ਇਹ ਪੈਂਟ ਮੈਂ ਮਤਲਬ ਕੁਛ ਮੰਥਸ ਪਹਿਲਾਂ ਲੈ ਕੇ ਗਈ ਸੀ ਜੇ ਤੁਸੀਂ ਐਕਸਚੇਂਜ ਕਰ ਦੋਗੇ ਹੈ ਨਾ ਅਤੇ ਉਹ ਕਹਿੰਦੇ ਹਾਂਜੀ ਕੋਈ ਇਸ਼ੂ ਨਹੀਂ ਆ ਹੈ ਨਾ ਮੈਂ ਕਿਹਾ ਬਿੱਲ ਵੀ ਨਹੀਂ ਹੈਗਾ ਕਹਿੰਦੇ ਕੋਈ ਚੱਕਰ ਨਹੀਂ ਤੁਸੀਂ ਐਕਸਚੇਂਜ ਕਰ ਲਿਓ ਤਾਂ ਫਿਰ ਨੈਕਸਟ ਡੇ ਮੈਂ ਜਾ ਕੇ ਚੇਂਜ ਕਰਕੇ ਲੈ ਕੇ ਆਈ ਸੀਗੀ ਇਹ ਪੈਂਟ ਠੀਕ ਹੈ ਇਹ ਮੈਂ ਉਸ ਦਿਨ ਨਹੀਂ ਬਾਏ ਕੀਤੀ ਸੀ ਅਤੇ ਇਹਦੇ ਵਿੱਚ ਫਿਰ ਜਦੋਂ ਅਸੀਂ ਗਏ 4-5 ਸਾਈਜ਼ ਨਹੀਂ ਸੀ ਸਾਈਜ਼ ਸੀਗਾ 6-7 ਤਾਂ ਫਿਰ ਮੈਂ ਸੋਚਿਆ ਚਲੋ ਹੈ ਨਾ 6-7 ਹੀ ਲੈ ਲੈਂਦੇ ਹਾਂ ਫਿਰ 3-4 ਤਾਂ ਮੇਰੇ ਕਿਸੇ ਕੰਮ ਹੀ ਨਹੀਂ ਆਉਣੀ ਸੀ ਚਲੋ ਇਹ ਨੈਕਸਟ ਸਮਰਸ ਜ਼ਰਾਵਰ ਦੇ ਆ ਜੂਗੀ ਅਤੇ ਹੁਣ ਕੀ ਸੀ ਨਾ ਉੱਥੇ ਇਹ ਦੇਖੋ ਇਹ ਵੀ ਸੈੱਟ ਆਇਆ ਹੋਇਆ ਸੀਗਾ ਠੀਕ ਹੈ ਇਹ ਮੈਂ ਉਸੇ ਦਿਨ ਹੀ ਲੈ ਆਈ ਸੀਗੀ ਫਿਰ ਕਿਉਂਕਿ ਮੈਨੂੰ ਇਹ ਸੀ ਪੈਂਟ ਚਲੋ ਮੈਂ ਬਾਅਦ 'ਚ ਐਕਸਚੇਂਜ ਕਰਾ ਲਉਂ ਇਹ ਸੈੱਟ ਬਾਏ ਕਰ ਲੈਂਦੀ ਹਾਂ ਹੈ ਨਾ ਦੇਖੋ ਇਹ ਟਾਈ ਇਹਦੇ ਨਾਲ ਅਤੇ ਇਹ ਜਿਹੜਾ ਸੈੱਟ ਸੀ ਇਹਦੇ ਵਿੱਚ 4-5 ਸਾਈਜ਼ ਹੈਗਾ ਸੀਗਾ ਠੀਕ ਹੈ ਬਟ ਪੈਂਟ ਦੇ ਵਿੱਚ ਨਹੀਂ ਸੀ ਪੈਂਟ ਮੈਂ ਉਸੇ ਦਿਨ ਉਹਨਾਂ ਨੂੰ ਕਿਹਾ ਤੁਸੀਂ ਅਲੱਗ ਕਰਕੇ ਰੱਖ ਦਿਉ ਵੀ ਮੈਂ ਕੱਲ੍ਹ ਜ਼ਰੂਰ ਆ ਕੇ ਐਕਸਚੇਂਜ ਕਰਵਾ ਕੇ ਲੈ ਕੇ ਜਾਊਂਗੀ ਤਾਂ ਉਹਨਾਂ ਨੇ ਅਲੱਗ ਰੱਖਤੀ ਸੀ ਅਤੇ ਇਹਦੇ ਵਿੱਚ ਮੈਂ ਜਿਹੜਾ ਸਾਈਜ਼ ਸੀ ਫਿਰ 6-7 ਹੀ ਲੈ ਆਈ ਸੀ ਤਾਂ ਕਿ ਨੈਕਸਟ ਸਮਰ ਜ਼ਰਾਵਰ ਦਾ ਇਹ ਪੂਰਾ ਸੈੱਟ ਬਣ ਜੇ ਜੇ ਇਹ ਮੈਂ 4-5 ਲੈਂਦੀ ਸੀ ਇਹ 6-7 ਪੈਂਟ ਹੈ ਨਾ ਫਿਰ ਇਹ ਇਸ ਵਾਰ ਆਉਣਾ ਸੀ ਇਹ ਪੈਂਟ ਤਾਂ ਇਸ ਵਾਰ ਜ਼ਰਾਵਰ ਦੇ ਆ ਹੀ ਨਹੀਂ ਸਕਦੀ ਨੈਕਸਟ ਸਮਰਜ਼ ਆਉਣੀ ਸੀ ਤਾਂ ਫਿਰ ਇਹ ਸੈੱਟ ਆਪਣਾ ਪ੍ਰੋਪਰ ਬਣਨਾ ਨਹੀਂ ਸੀਗਾ ਤਾਂ ਫਿਰ ਮੈਂ ਇਹ 6-7 ਈਅਰ ਦਾ ਸੈੱਟ ਇੱਦਾਂ ਬਣਾ ਲਿਆ ਜ਼ਰਾਵਰ ਲਈ ਠੀਕ ਹੈ ਨੈਕਸਟ ਸਮਰਜ਼ ਪਾ ਦਾਂਗੇ ਜ਼ਰਾਵਰ ਦੇ ਜਦੋਂ ਨਵੰਬਰ ਦੇ ਵਿੱਚ ਨਵਨੀਤ ਨੇ ਇਹ ਪੈਂਟ ਬਾਏ ਕੀਤੀ ਸੀ ਉਦੋਂ ਇਹਦੇ ਨਾਲ ਨਾ ਪ੍ਰਿੰਟ ਦੇ ਵਿੱਚ ਵਾਈਟ ਸ਼ਰਟ ਸੀ ਇਹਦੇ ਵਿੱਚ ਛੋਟਾ ਛੋਟਾ ਪ੍ਰਿੰਟ ਸੀ ਅਤੇ ਟਾਈ ਇੱਦਾਂ ਹੀ ਸੀ ਇਹ ਸੈੱਟ ਨਹੀਂ ਆਇਆ ਹੋਇਆ ਸੀਗਾ ਫਿਰ ਉਹ ਉੱਦਾਂ ਦੇ ਕੇ ਗਈ ਸੀ ਉਹ ਸ਼ਰਟ ਅਤੇ ਟਾਈ ਤਾਂ ਮੈਂ ਜ਼ਰਾਵਰ ਦੇ ਪਾਤੀ ਜ਼ਰਾਵਰ ਦੇ ਬਰਥਡੇ ਤੋਂ ਅਗਲੇ ਦਿਨ ਤੁਸੀਂ ਦੇਖਿਆ ਹੋਵੇ ਜ਼ਰਾਵਰ ਨੇ ਸ਼ਰਟ ਪਾਈ ਹੋਈ ਸੀ ਨਾਲ ਟਾਈ ਲਗਾਈ ਸੀ ਸਕੂਲ 'ਚ ਬਰਥਡੇ ਸੈਲੀਬ੍ਰੇਸ਼ਨ ਵਾਲਾ ਜਿਹੜਾ ਮੈਂ ਵਲੌਗ ਪਾਇਆ ਸੀ ਫਿਰ ਉਸ ਦਿਨ ਮੈਂ ਪੈਂਟ ਅਲੱਗ ਪਾਤੀ ਸੀ ਇਹ ਨਹੀਂ ਪਾਈ ਸੀ ਉਹਦੇ ਨਾਲ ਕਿਉਂਕਿ ਕਾਫੀ ਪਤਲੀ ਸੀ ਸਕੂਲ 'ਚ ਮੈਨੂੰ ਲੱਗਦਾ ਸੀ ਕਿ ਠੰਡ ਲੱਗੂਗੀ ਜ਼ਰਾਵਰ ਨੂੰ ਅਤੇ ਹੁਣ ਇਹ ਇੱਦਾਂ ਸੈੱਟ ਆਪਾਂ ਬਣਾ ਲਿਆ ਠੀਕ ਹੈ ਅਤੇ ਇਸ ਤੋਂ ਬਾਅਦ ਨਵਨੀਤ ਲਈ ਮਤਲਬ ਮੇਰੀ ਕਜ਼ਨ ਲਈ ਇੱਕ ਕਿਊਟ ਸੋਰੀ ਇੱਕ ਕਿਊਟ ਜਿਹਾ ਗਿਫਟ ਲੈ ਕੇ ਆਈ ਹਾਂ ਠੀਕ ਹੈ ਇਹ ਮੈਂ ਤੁਹਾਨੂੰ ਉੱਥੇ ਵੀ ਦਿਖਾਏ ਸੀਗੇ ਨਾ ਵੈਸਟ ਸਾਈਡ ਟੂਰ ਵੀਡੀਓ ਦੇ ਵਿੱਚ ਠੀਕ ਹੈ ਬਹੁਤ ਵਧੀਆ ਹੈ ਇੱਦਾਂ ਡਬਲ
वे नाल यूज़ होंदा रिपर। तो इधरों ये थोड़ा क्लच स्टाइल है, ठीक है, काफ़ी क्यूट लग्या मैं। ये नवनीत लिए, ये सहज लिए, ये मैं दो गिफ्ट ले रही, ठीक है। उस तो बाद गाइस ये शॉर्ट्स लेके आई सी, ठीक है। तो उस तो बाद मैं एक टॉप लिया सी, ये टाई एंड डाई स्टाइल मैं अपने लिए टॉप लेके आई सी। ये शायद मैं तुहानू ट्राई करके भी दिखाया सी। उस तो बाद गाइस मैं दो ड्योड्रेंट्स लेके आई सी, काफ़ी अच्छी फ्रेगरेंस लगी मैंने इन्हों की। एक मैं लैके आई सी ये क्लचर्स, एक होर सीगा वो दिखाने तुम एक एरिया, ठीक है। चार का कॉम्बो से सिर्फ 100 रुपीज़ के मिले से मैं। उस तो बाद ले सी, मैं तुम्हें दिखाते सी वीडियो कि आप ले आ। एक मैं ये दो पिनस लिया सी अपने लिए। उस तो बाद गाइज मैं तुम्हें कहा कि मैं गिफ्ट लैन आई हाँ, है ना। तो मैं दो गिफ्ट लाए ने जोड़े वह भी तुम दिखा दी हाँ। एक तो यह आ टॉप लवेंडर शेड के देखो दी स्लीव्स कि सोहनिया ने, एग्जैक्ट कलर नहीं आ रहा, एक मिनट, ऐदा शेड है ना, ठीक है। उस तो बाद मैं एक लिया उन्होंने क्रॉप टॉप जोड़ा कि बहुत ज़्यादा सोहना लगे सू, बहुत सोहना, ठीक है। ये फुल स्लीव है, इदा एक क्रॉप है, तो इदा आप स्लीवस में फोल्ड करके इदा भी वेयर कर सकते हैं। ये एक्चुअली लवेंडर टॉप तो जी शर्ट है ये नवनीत ने बाय की, एक्चुअली मैं नहीं बाय की, मैं वो वालों बाय की। एक्चुअली जिन्हें गिफ्ट करनी वह ना इंडिया आए हुए ने, वह मैंने कहती तू मेरे वालों लैके उन्होंने मतलब गिफ्ट कर दी, जिदा आप सरप्राइज़ दे दें है ना। तो ये सरप्राइज़ मैं उन्होंने को भेजना है नवनीत वालों, ठीक है। तो इस दे नाल ही गाइज अपनी जी शॉपिंग है वो खत्म होती है। इन्नी शॉपिंग मैं उस दिन की सी, ते तुहानू मैं वेस्ट साइड का टूर भी करवाया सी। जो वीडियो तुसी हले तक नहीं देखी तो तुसी जरूर देखियो, कमेंट सैक्शन के विच ते डिस्क्रिप्शन बॉक्स के विच मैं लिंक पिन करूँगी उस वीडियो का। उस वीडियो तुसी देख सकते हो कि बठिंडे का जिहड़ा वेस्ट साइड है वो किदां दा, तो उस दे नाल ही तुहानू 2022 की कलैक्शन भी दिख जूगी वेस्ट साइड की। जो तुसी कुछ बाय करना होवे उत्थों तो तुसी जाके कर सकते हो। तो हाँ गाइस मैं एक एम्बर लई भी फ्रॉक लई सी, मैं तुहानू दसना भुल गई, वो मैं नाल वीडियो क्लिप जां फोटोज़ वगैरह हुण ऐड कर दियो, तुसी देख लियो, ठीक है। एक एम्बर लई फ्रॉक लई सी, ते एक मैं मम्मी लई वॉलेट लिया सीगा, ठीक है। तो एक मैं मम्मी लई भी फ्लिप फ्लॉप्स लई सीगे, वह मैं उधर भेजते सी, ठीक है, वह तुसी देख लो, ठीक है। मैं तुम दसिया ना जिन्हें गिफ्ट लैन गई थी, मैं दो टॉप लए ने वो इंडिया आए हुए हैं, उन्होंने हाथ ये मैं सैज ले एक ड्रेस तो नवनीत लिए वॉलेट के दो चीज़ा भेजनिया ने। तो गाइज किमें लगी सारी शॉपिंग कमेंट सैक्शन के जरूर दस्यो। सो गाइज यही अपनी अज की वीडियो किमें लगी, वीडियो कमेंट सैक्शन के दसना ना भूलो। मिलते हैं नैक्सट वीडियो के, तद तक लिए बाय बाय।